ਪੰਜਾਬ ਸਰਕਾਰ ਦੇ ਕਈ ਵਿਭਾਗਾਂ ਨੂੰ ਅਜੇ ਤੱਕ ਤਨਖਾਹ ਨਾ ਮਿਲਣ ਕਾਰਨ ਐਂਪਲਾਈਜ਼ ਕਾਫੀ ਗੁੱਸੇ ਵਿੱਚ ਨਜ਼ਰ ਆ ਰਹੇ ਨੇ। ਇਹੀ ਕਾਰਨ ਹੈ ਕਿ ਉਹ ਸਰਕਾਰ ਤੋਂ ਜਲਦੀ ਆਪਣੀ ਤਨਖਾਹ ਜਾਰੀ ਕਰਨ ਲਈ ਅਪੀਲ ਕਰ ਰਹੇ ਨੇ। ਪਟਿਆਲਾ ਦੇ ਮਿੰਨੀ ਸੈਕਟਰੀਏਟ ਵਿੱਚ ਕੰਮ ਕਰ ਰਹੇ ਦਰਜਾ 4 ਕਰਮਚਾਰੀਆਂ ਨੇ ਆਪਣੀ ਤਨਖਾਹ ਨਾ ਮਿਲਣ ਨੂੰ ਲੈ ਕੇ ਸਰਕਾਰ ਦੇ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ। ਉਹਨਾਂ ਨੇ ਕਿਹਾ ਕਿ ਸਰਕਾਰ GST ਦਾ ਢਿੰਡੋਰਾ ਪਿੱਟ ਰਹੀ ਹੈ, ਪਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਜਲਦੀ ਤੋਂ ਜਲਦੀ ਤਨਖਾਹਾਂ ਦੇਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਨੇ IAS ਕਰਮਚਾਰੀਆਂ ਨੂੰ ਉਹਨਾਂ ਦੀਆਂ ਤਨਖਾਹਾਂ ਦੇ ਦਿੱਤੀਆਂ ਨੇ, ਪਰ ਗਰੀਬ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਕੋਈ ਕਾਰਨ ਨਹੀਂ ਹੈ, ਸਰਕਾਰ ਦੀਆਂ ਨੀਤੀਆਂ ਮਾੜੀਆਂ ਨੇ, ਸਰਕਾਰ ਦੇ ਆਪਣੇ ਖਰਚੇ ਜਿਹੜੇ ਨੇ ਉਹ ਵੱਧ ਨੇ। ਹੁਣ ਦੇਖੋ, ਐਡਵੋਕੇਟ ਅਤੇ ਡਿਪਟੀ ਐਡਵੋਕੇਟ ਜਨਰਲ ਦੀ ਫੌਜ ਖੜ੍ਹੀ ਕਰਤੀ, ਮੁੱਖ ਮੰਤਰੀ ਨੇ ਆਪਣੇ OSD ਉਹਨਾਂ ਦੀ ਫੌਜ ਖੜ੍ਹੀ ਕਰਤੀ। ਸੋ ਇਹ ਟੋਟਲ ਜਿਹੜੇ ਖਰਚੇ ਨੇ ਇਹ ਇੰਪਲਾਈਜ਼ ਅਕਾਊਂਟ ਦੇ ਵਿੱਚ ਮਤਲਬ ਪੇ ਹੁੰਦੇ ਨੇ ਸਾਰੇ, ਭਾਵੇਂ ਉਹ ਉਹਨਾਂ ਦੀ ਸੈਲਰੀਆਂ ਹੋਣ, ਉਹਨਾਂ ਦੇ ਮਾਣ ਭੱਤੇ ਹੋਣ, ਉਹਨਾਂ ਦੇ ਸਫ਼ਰ ਭੱਤੇ ਹੋਣ, ਉਹਨਾਂ ਦੇ ਕੋਈ ਹੋਰ ਅਦਰ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.